ਤਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਣਗੇ, ਚੜ੍ਹਦੀ ਕਲਾ 'ਚ ਹੋਣਗੇ, ਬਾਬੇ ਦੀ ਮਿਹਰ ਨਾਲ ਬਚੇ ਹੋਏ ਹੋਣਗੇ ਠੰਡ ਤੋਂ। ਇਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਦੇ ਟੌਪ ਦੇ ਕਬੱਡੀ ਕੱਪ, ਅੱਜ ਖਿਡਾਰੀ ਵੀ ਵੱਡੇ ਖੇਡਣੇ, ਅੱਜ ਫਿਰ ਮੇਰੇ ਵੀਰੋ ਮੇਲਾ ਗੂੰਜਣਾ, ਜਿੱਦਾਂ ਹਰ ਰੋਜ਼ ਹੀ ਜੋ ਹੈ ਵੱਡੇ ਜੋ ਹੈ ਦਰਸ਼ਕ ਵੀਰ ਵਧੀਆ ਜੋ ਹੈ ਪਿਆਰ ਦਿਖਾਉਂਦੇ ਆ ਕਬੱਡੀ ਨੂੰ, ਹਰ ਰੋਜ਼ ਹੀ ਵੱਡੇ ਮੇਲਿਆਂ 'ਤੇ ਜੁੜਦੇ ਆ, ਅੱਜ ਫਿਰ ਉਸੇ ਤਰ੍ਹਾਂ ਹੀ ਰੌਣਕਾਂ ਲਾਈਵ ਦੇ ਵਿੱਚ ਵੀ ਲੱਗਣਗੀਆਂ ਅਤੇ ਮੇਲਿਆਂ 'ਤੇ ਵੀ ਦਰਸ਼ਕ ਵੀਰ ਪਹੁੰਚਣਗੇ। ਅੱਜ ਵੀ ਟੌਪ ਦੇ ਟੂਰਨਾਮੈਂਟ ਆ, ਉਸ ਤੋਂ ਪਹਿਲਾਂ ਚੈਨਲ 'ਤੇ ਜੋ ਵੀਰ ਨਵੇਂ ਆਏ ਆ ਸਬਸਕ੍ਰਾਈਬ ਸਾਰੇ ਭਰਾ ਕਰ ਲਿਆ ਕਰੋ, ਕਬੱਡੀ ਦੀਆਂ ਵੀਡੀਓ ਇਸ ਚੈਨਲ 'ਤੇ ਆਪਾਂ ਪਾਉਣੇ ਰਹਿੰਦੇ ਹਾਂ, ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ। ਟੂਰਨਾਮੈਂਟ ਦੀ ਗੱਲ ਕਰੀਏ, ਪਹਿਲਾ ਟੂਰਨਾਮੈਂਟ ਸ਼ਾਮਪੁਰ ਦੇ ਵਿੱਚ ਅੱਜ ਓਪਨ ਦਾ ਟੂਰਨਾਮੈਂਟ ਆ, 51 ਅਤੇ 41 ਹਜ਼ਾਰ ਪਹਿਲਾ ਅਤੇ ਦੂਜਾ ਇਨਾਮ ਰੱਖਿਆ ਗਿਆ, 16 ਟੀਮਾਂ ਸੱਦੇ ਪੱਤਰ ਵਾਲੀਆਂ ਇਸ ਟੂਰਨਾਮੈਂਟ 'ਤੇ ਮੇਰੇ ਵੀਰੋ ਅੱਜ ਖੇਡਣ ਜਾ ਰਹੀਆਂ ਮੋਹਾਲੀ ਜ਼ਿਲ੍ਹੇ ਦੇ ਵਿੱਚ। ਇਸ ਤੋਂ ਅੱਗੇ ਅੱਜ ਦੇ ਦਿਨ ਦਾ ਟੌਪ ਦਾ ਕਬੱਡੀ ਕੱਪ, ਜਿਸ ਕਬੱਡੀ ਕੱਪ 'ਤੇ ਮੇਰੇ ਵੀਰੋ ਸਾਰੀ ਟੌਪ ਦੇ ਖਿਡਾਰੀ ਪਹੁੰਚ ਰਹੇ ਆ। ਮੈਂ ਫਿਆਲੀ ਦੇ ਵਿੱਚ ਮੇਰੇ ਵੀਰੋ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਕੋਟ ਕਰਾੜ ਖਾਂ ਦੇ ਵਿੱਚ ਮੇਰੇ ਵੀਰੋ ਅੱਜ ਵੱਡਾ ਕਬੱਡੀ ਕੱਪ ਕਰਵਾਇਆ ਜਾਣਾ। ਅੱਜ ਜੋ ਹੈ ਇੱਥੇ 6 ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਆ, ਲੱਖ ਪਹਿਲਾ ਇਨਾਮ ਰੱਖਿਆ ਗਿਆ, ਦੂਜਾ ਇਨਾਮ 75 ਹਜ਼ਾਰ ਬੈਸਟ ਰੇਡਰ ਅਤੇ ਜਾਫੀ ਨੂੰ ਮੋਟਰਸਾਈਕਲਾਂ ਨਾਲ ਵੱਡਾ ਸਨਮਾਨ ਕੀਤਾ ਜਾਣਾ ਇਸ ਕਬੱਡੀ ਕੱਪ 'ਤੇ। ਹਰਿਆਣੇ ਵਾਲਾ ਸ਼ੀਲੂ, ਜਿਨ੍ਹਾਂ ਦੀ ਜੋ ਹੈ ਅੱਜ ਦੇ ਸਮੇਂ ਦੇ ਵਿੱਚ ਮੇਰੇ ਵੀਰੋ ਦੁਨੀਆ ਦੀਵਾਨੀ ਆ, ਉਹ ਖਿਡਾਰੀ ਇਸ ਟੂਰਨਾਮੈਂਟ 'ਤੇ ਅੱਜ ਖੇਡਣੇ ਆ ਮੇਰੇ ਵੀਰੋ। ਅੱਜ ਸ਼ੀਲੂ ਹਰਿਆਣੇ ਵਾਲੇ ਨੇ ਵੀ ਪਹੁੰਚਣਾ ਸੀ ਟੂਰਨਾਮੈਂਟ 'ਤੇ, ਪਰ ਜੋ ਹੈ ਅੱਜ ਕੋਈ ਰੁਝੇਵਿਆਂ ਦੇ ਕਾਰਨ ਨਹੀਂ ਪਹੁੰਚ ਸਕਿਆ ਅਤੇ ਨਹੀਂ ਖੇਡੂਗਾ ਅੱਜ ਫਿਆਲੀ ਦੇ ਟੂਰਨਾਮੈਂਟ 'ਤੇ। ਸ਼ਾਹਕੋਟ ਦੀ ਟੀਮ ਪਹੁੰਚ ਰਹੀ ਆ, ਜਿਸ ਦੇ ਵਿੱਚ ਗਗਨ ਸੂਰੇ ਵਾਲੀ ਆ, ਬੁਰੀਆ ਸਰਸਰ ਵਾਲਾ, ਹੋਰ ਵੀ ਵੱਡੇ ਖਿਡਾਰੀ ਜੋ ਹੈ ਸ਼ਾਹਕੋਟ ਦੀ ਵੱਡੀ ਟੀਮ ਇਸ ਕਬੱਡੀ ਕੱਪ 'ਤੇ ਦੇਖਣ ਨੂੰ ਮਿਲਣੀ ਆ। ਪਿੰਦੂ ਸੀਚੇਵਾਲ, ਬਾਂਟੀ ਟਿੱਬੇ ਵਾਲਾ, ਰਵੀ ਦਿਓਰੇ ਵਾਲਾ ਵੀ ਮੱਖੀ, ਜਾਣੀ ਕਿ ਇੱਕ ਤੋਂ ਇੱਕ ਚੋਟੀ ਦੇ ਖਿਡਾਰੀ ਇਸ ਟੂਰਨਾਮੈਂਟ 'ਤੇ ਪਹੁੰਚਣ ਜਾ ਰਹੇ ਆ ਮੇਰੇ ਵੀਰੋ। ਇੱਥੇ ਓਵਨ ਸੇਖੋਂ ਦਾ ਵੱਡਾ ਸਨਮਾਨ 4 ਟਰੈਕਟਰ ਨਾਲ ਵੀ ਕੀਤਾ ਜਾਣਾ ਇਸ ਕਬੱਡੀ ਖਿਡਾਰੀ ਨੂੰ, ਇਸ ਵੀਰ ਨੂੰ ਵੀ ਬਾਈ ਨੂੰ ਮੁਬਾਰਕਾਂ। ਸ਼ਾਜੀ, ਫਰਿਆਦ ਅਤੇ ਜੱਗੂ ਤਾਂ ਮੇਰੇ ਖਿਆਲ ਨਾਲ ਅੱਜ ਨਹੀਂ ਖੇਡਣਾ, ਸ਼ਾਜੀ ਅਤੇ ਫਰਿਆਦ ਹੋ ਸਕਦਾ ਇੱਕ ਅਲੱਗ ਟੀਮ ਦੇ ਵਿੱਚ, DAV ਕੈਲੀਫੋਰਨੀਆ ਦੀ ਨਾਂ 'ਤੇ ਜੇ ਟੀਮ ਖੇਡਣੀ ਆ, ਇਹਨਾਂ ਦੀ ਇੱਕ ਨਾਂ ਚੇਂਜ ਵੀ ਹੋ ਸਕਦਾ, ਇੱਕ ਜੋ ਹੈ ਟੀਮ ਦੇ ਵਿੱਚ ਸ਼ਾਜੀ ਅਤੇ ਫਰਿਆਦ ਹੁਣੀ ਵੀ ਖੇਡਣੇ ਆ, ਬਾਕੀ ਕਈ ਵਾਰ ਪਲੇਅਰ ਜੋ ਹੈ ਟਾਈਮ ਟਾਈਮ 'ਤੇ ਨਾ ਕਰ ਜਾਂਦੇ ਆ, ਤਾਂ ਕਰਕੇ ਇਹਨਾਂ ਖਿਡਾਰੀਆਂ ਦਾ ਅਜੇ ਪੱਕਾ ਨਹੀਂ ਹੈਗਾ ਇਸ ਟੀਮ ਦਾ। ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ, ਨਵੇਂ ਆਏ ਹਾਂ ਤਾਂ ਚੈਨਲ ਨੂੰ ਜ਼ਰੂਰ ਸਾਰੇ ਭਰਾ ਸਬਸਕ੍ਰਾਈਬ ਕਰਕੇ ਜਾਇਆ ਕਰੋ, ਲਾਈਵ ਵੀ ਕਰੀਬ ਜੋ ਹੈ 1 ਵਜੇ ਦੇ ਕਰੀਬ ਲਾਈਵ ਵੀ ਚੱਲ ਜਾਣਾ। ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ, ਲਾਈਕ ਜ਼ਰੂਰ ਕਰਿਓ ਵੀਡੀਓ ਨੂੰ, ਵੀਡੀਓ ਚੰਗੀ ਲੱਗੀ ਤਾਂ ਧੰਨਵਾਦ।